ਇਹ ਚੀਜ਼ਾਂ ਸੱਚੀ ਨੇ ਲੋਕਾਂ ਨੂੰ ਆਇਆ ਲੱਗਦਾ ਕਿ ਯੋਗਾ ਕੁਝ ਹੈ ਇਹ ਯੋਗਾ ਨਹੀਂ ਹੋਦਾ ਇੰਨਾ ਬਜਟ ਇੰਨਾ ਬਜਟ ਐਨ ਨਹੀਂ ਨਿਕਲਦਾ ਕਿਸੇ ਨੂੰ ਸੋ ਦਲਜੀਤ ਬਾਈ ਮੇਰਾ ਜਸਟ ਆ ਪੁੱਛਣ ਦਾ ਹਾਲ ਹੀ ਵਿੱਚ ਨਸੀਬ ਨੇ ਦਲਜੀਤ ਦਸਾਂਜ ਉੱਪਰ ਕੁਝ ਸਵਾਲ ਚੁੱਕੇ ਨੇ ਉਸ ਦਾ ਕਹਿਣਾ ਹੈ ਕਿ ਦਲਜੀਤ ਦਸਾਂਜ ਪੱਕਾ ਅਲੂਮੀਨਾਤੀ ਨਾਲ ਕੁਝ ਲੈਣਾ ਦੇਣਾ ਹੈ ਐਵੇਂ ਨਹੀਂ ਇੰਨੀ ਛੇਤੀ ਇੰਨੀ ਚੜਾਈ ਹੁੰਦੀ ਹੈ ਤੇ ਸਾਰੇ ਸ਼ੋਜ਼ ਸੋਲਡ ਆਊਟ ਜਾਂਦੇ ਇਹਨਾਂ ਹੀ ਨਹੀਂ ਇਸ ਤੋਂ ਇਲਾਵਾ ਨਸੀਬ ਨੇ ਦਿਲਜੀਤ ਦੁਸਾਂਜ ਦੀ ਪੋਸਟ ਹੇਠ ਕਮੈਂਟ ਕਰਦਿਆਂ ਲਿਖਿਆ ਕਿ 10 ਵੀਰ ਤੋਂ ਆਪਣੀ ਆਤਮਾ ਨੂੰ ਕਿੰਨੇ ਵਿੱਚ ਸ਼ੈਤਾਨ ਨੂੰ ਵੇਚਿਆ ਹੈ ਪੰਜਾਬੀ ਇਸ ਸਵਾਲ ਦਾ ਜਵਾਬ ਮੰਗਦੇ ਨੇ ਉੱਥੇ ਹੀ ਨਸੀਬ ਦੀ ਇਸ ਗੱਲ ਤੋਂ ਬਾਅਦ ਕਈ ਲੋਕ ਹੁਣ ਦਿਲਜੀਤ ਦੁਸਾਂਜ ਨੂੰ ਸਵਾਲ ਕਰ ਰਹੇ ਨੇ ਕਿ ਆਖਿਰੋ ਲਾਈਵ ਸ਼ੋਜ਼ ਦੇ ਵਿੱਚ ਇਸ ਤਰ੍ਹਾਂ ਦੇ ਸਾਈਨਸ ਕਿਉਂ ਬਣਾਉਂਦਾ ਹੈ ਜਸਤੋ ਬਾਅਦ ਹੁਣ ਦਿਲਜੀਤ ਦਸਾਂਝ ਨੇ ਵੀ ਨਸੀਬ ਨੂੰ ਰਿਪਲਾਈ ਕਰਦਿਆ ਸਟੋਰੀ ਪਾਉਂਦਿਆਂ ਕਿਹਾ ਸਭ ਗੋਬਿੰਦ ਹੈ ਨਸੀਬ ਵੀਰੇ ਬਹੁਤ ਪਿਆਰ ਤੈਨੂੰ ਰੱਬ ਤੁਹਾਨੂੰ ਬਹੁਤ-ਬਹੁਤ ਤਰੱਕੀ ਦੇਵੇ ਤੇ ਚੜ੍ਹਦੀ ਕਲਾ 'ਚ ਰੱਖੇ ਉਹ ਆਪ ਹੀ ਬੋਲ ਰਿਹਾ ਤੇ ਆਪ ਹੀ ਜਵਾਬ ਵੀ ਦੇ ਰਿਹਾ ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ ਇਸ ਸਭ ਤੋਂ ਬਾਅਦ ਨਸੀਬ ਨੇ ਹੁਣ ਫੇਰ ਦਿਲਜੀਤ ਦਸਾਂਝ ਨੂੰ ਇੱਕ ਰਿਪਲਾਈ ਕੀਤਾ ਹੈ ਜਿਸ ਦੀ ਆਡੀਓ ਤੁਸੀਂ ਸਕਰੀਨ ਤੇ ਚੱਲਦੀ ਸੁਣ ਸਕਦੇ ਹੋ ਨਾ ਤਾਂ ਦਿਲਜੀਤ ਬਾਈ ਤੁਸੀਂ ਮੈਸੇਜਾਂ 'ਚ ਜਵਾਬ ਦਿੰਨੇ ਹਾਂ। ਨਾ ਤੁਹਾਡੀ ਮੈਨੇਜਰ ਸੁਨਾਲੀ ਸਿੰਘ ਜਵਾਬ ਦਿੰਦੀ ਹੈ। ਹਨਾ ਹੁਣ ਤੁਸੀਂ ਅ ਸਟੋਰੀ ਪਾ ਰਹੇ ਹੋ ਕਿ ਸਭ ਕੁਝ ਰੱਬ ਕਹਾ ਰਿਹਾ ਵਿੱਚੋਂ ਤਾਂ ਬਾਈ ਡੋਂਟ ਹਨਾ ਲਿਕਾਤੀ ਜਨ ਛੱਡ ਦਿਓ। ਬਾਕੀ ਕਈ ਲੋਕ ਇਥੇ ਨਸੀਬ ਨੂੰ ਵੀ ਗਲਤ ਕਹਿ ਰਹੇ ਨੇ ਕਿ ਪੰਜਾਬੀਆਂ ਦਾ ਕੰਗਨਾਰ ਨੌਤ 2 ਹੈ। ਬਾਕੀ ਤੁਹਾਡਾ ਹਿਸਾਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ।